ਹੱਥੀ ਮੋੜੀ ਗੱਡ ਕੇ ਵਸਾਇਆ ਪੌਂਟਾ ਹੈ ਤਾਂ ਸਿਮੇ ਦਾ ਤਾਰ ਨੇ ਸੁਰਗਾਂ ਨੂੰ ਮਾਤ ਪਾਵੇ ਸ਼ਾਨ ਜਿਸ ਦੀ ਲੱਗੇ ਦਰਬਾਰ ਨੇ ਸੁਰਗਾਂ ਨੂੰ ਮਾਤ ਪਾਵੇ ਸ਼ਾਨ ਜਿਸ ਦੀ ਲੱਗੇ ਦਰਬਾਰ ਨੇ ਸੋਲਿਆ ਸ਼ਿੰਗਾਰ ਰਸ ਉੱਥੇ ਕਵੀਆਂ ਲੱਗਾ ਸੀ ਦਵਾਨ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਹਾਂ ਹੱਥੀ ਮੋੜੀ ਗਾਡੀ ਕੇ ਵਸਾਇਆ ਪੌਂਟਾ ਹੈ ਦਸ ਮੇ ਦਾ ਤਾਰ ਨੇ ਸੁਰਗਾਂ ਨੂੰ ਮਾਤ ਪਾਵੇ ਸ਼ਾਨ ਜਿਸ ਦੀ ਲੱਗੇ ਦਰਬਾਰ ਨੇ ਸੋਲਿਆ ਸ਼ਿੰਗਾਰ ਰਸ ਉੱਥੇ ਕਵੀਆਂ ਲੱਗਾ ਸੀ ਦਵਾਨ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਹੋਤੇ ਜੀ ਦੱਸਾਂ ਕੀ ਸਿਫਤਾਂ ਆਨੰਦ ਵਜਿਆ ਕਵੀ ਬਾਰ-ਬਾਰ ਨੇ ਉਪਮਾ ਹਜ਼ੂਰ ਦੀ ਕਰਨ ਲੱਗ ਪਏ ਨਾਲ ਸਤਿਕਾਰ ਨੇ ਰਾਜਿਆਂ ਤੋਂ ਬਸ ਮਿਲਦੇ ਸੀ ਦਮੜੇ ਇੱਥੋਂ ਕਲਿਆਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਹੋਰ ਰਹਿਤ ਨਾਮਾ ਪੜੋ ਭਾਈ ਚਾਬਾ ਸਿੰਘ ਦਾ ਮਹਿਮਾ ਪ੍ਰਕਾਸ਼ ਨੂੰ ਦਸਵੇਂ ਗੁਰਾਂ ਨੇ ਕਵੀ ਆਪ ਸੱਦੇ ਪੜੋ ਗੱਲ ਖਾਸ ਨੂੰ ਕੇਸਾ ਸਿੰਘ ਦਿਆੜੋ ਬਨ ਸਵਲੀ ਮਿਲੇ ਪਰਵਾਨ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਹੋਈ ਦੀ ਕੋਏ ਰਾਏ ਦੂਜਾ ਅਲੀ ਰਾਮ ਜੀ ਤੀਜਾ ਅੱਲੂ ਦੱਸਿਆ ਅੰਮ੍ਰਿਤ ਰਾਏ ਤੇ ਆਸਾ ਸਿੰਘ ਨੇ ਵੀ ਕਮਰ ਕੱਸਿਆ ਈਸ਼ਵਰ ਸੀ ਦਾਸ ਸਾਖੀ ਦੇਵ ਆਲਮ ਕਰਾਂ ਮੈਂ ਬਿਆਨ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਉਹਨੋਂ ਮਾਣ ਪਾਰ ਸੀ ਜਿਸ ਗ੍ਰੰਥ ਦਾ ਨੌ ਮਣ ਪਰ ਸੀ ਕਿਸ ਗ੍ਰੰਥ ਦਾ ਕਵੀਆਂ ਨੇ ਚਾਰਿਆ ਵਿਦਿਆ ਦਾ ਸਾਗਰ ਗੁਰਾਂ ਨੇ ਆਗ ਕੇ ਉਹਨੂੰ ਸਤਿਕਾਰਿਆ ਕਹੀ ਕਿਤੇ ਕੀ ਦੂਜੀਆਂ ਭਾਸ਼ਾਵਾਂ ਦੇ ਕਹਿੰਦੇ ਵਿਦਵਾਨ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਉਹ ਕਵੀਆਂ ਤੋਂ ਖੁਸ਼ੀ ਹੋ ਕੇ ਮੋਹਰਾਂ ਵੰਡੀਆਂ ਦਸ ਮੇ ਦਾ ਤਾਰ ਨੇ ਵੇਖੋ ਹਾਥੀ ਦਿੱਤੇ ਅਸਵਾਰੀ ਬਾਸ ਤੇ ਨਾਲ ਸਤਿਕਾਰ ਨੇ ਕਾਂਢੇ ਉੱਤੇ ਥਾਪੀ ਦੇ ਕੇ ਮੋਹ ਚੁੰਮ ਦੇ ਗਦ ਗਲ ਲਾਉਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਹੋ ਇੱਕ ਕਹਿੰਦਾ ਤੁਹਾਡੇ ਬਾਅਦ ਕੌਣ ਦੇਵੇਗਾ ਸਾਨੂੰ ਮਾਣ ਪਾਤਸ਼ਾਹ ਤੁਹਾਡਾ ਮੁੱਲ ਰਾਜ ਰਾਜ ਪਾਉਣ ਸੰਗੀਤਾ ਹਰ ਮਾਣ ਪਾਤਸ਼ਾਹ ਦੱਸੀ ਜਦੋਂ ਤੁਸਾਂ ਸਭਾ ਵਿੱਚ ਖੜ ਕੇ ਸੱਚੀ ਦਾਸਤਾਨ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਉਹ ਭੰਗ ਹੋਈ ਬਿਰਤੀ ਮਚਾਇਆ ਸ਼ੋਰ ਜਾ ਜਮਨਾ ਦੀ ਛਲ ਨੇ ਸ਼ਾਂਤ ਹੋ ਜਾ ਜਮਨਾ ਗੁਰੂ ਜੀ ਆਖਦੇ ਬਚਨ ਟਲ ਨੇ ਜਮਨਾ ਦਾ ਵੈਣ ਝੱਟ ਮੱਠਾ ਪੈ ਗਿਆ ਸੁਣ ਫਰਮਾਨ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਪੌਂਟਾ ਸਾਹਿਬ ਦਸ ਮੇ ਗੁਰਾਂ ਨੇ ਦਿੱਤਾ ਹੈ ਕਵੀ ਸ਼ਰਾਂ ਨੂੰ ਮਾਣ ਜੀ ਸ਼ਰਾਂ ਨੂੰ ਮਾਣ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਦਿਨੋ ਦਿਨ ਵੱਧ ਰਹੀ ਲੋਕ ਪ੍ਰਿਯਤਾ ਨੂੰ ਦਿਨੋ ਦਿਨ ਵੱਧ ਰਹੀ ਗੁਰੂ ਦਰਬਾਰ ਦੀ ਸੋਭਾ ਨੂੰ ਜਿਹੜਾ ਉਹ ਪਹਾੜੀ ਜਿਹੜੇ ਰਾਜੇ ਸੀ ਪਹਾੜੀ ਬਾਈ ਧਾਰ ਦੇ ਰਾਜੇ ਬਾਈ ਧਾਰਾਂ ਮੰਨੀਆਂ ਗਈਆਂ ਨੇ ਉਸ ਵੇਲੇ ਦੀਆਂ ਜਿੱਥੋਂ ਦੇ ਛੋਟੇ ਛੋਟੇ ਰਾਜੇ ਰਾਜ ਕਰਦੇ ਸੀ ਕਾਂਗੜੇ ਦਾ ਰਾਜਾ ਕੋਈ ਕੁੱਲੂ ਦਾ ਰਾਜਾ ਇਸ ਤਰ੍ਹਾਂ ਕਈ ਤਰ੍ਹਾਂ ਰਾਜੇ ਜਿਹੜੇ ਸੀ ਉਹ ਰਾਜਾ ਭੀਮ ਚੰਦ ਦੀ ਅਗਵਾਈ ਦੇ ਵਿੱਚ ਇਕੱਤਰ ਹੋਏ ਨੇ ਇਕੱਤਰ ਹੋ ਕੇ ਉਹਨਾਂ ਨੇ ਦੇਖਿਆ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਜਿਹੜਾ
ਮਾਖੋਵਾਲ ਦੇ ਥੇ ਨੂੰ ਅਨੰਦਪੁਰ ਸਾਹਿਬ ਦਾ ਵਸਾ ਕੇ ਨਗਰ, ਉੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹਰ ਰੋਜ਼ ਜਿਸ ਤਰ੍ਹਾਂ ਦਾ ਵੀ ਕੋਈ ਵਿਅਕਤੀ ਆਉਂਦਾ ਉਹਨੂੰ ਗੁਰੂ ਦਰਬਾਰ ਦੇ ਵਿੱਚ ਜੋ ਸਰਨ ਆਵੇ ਅਤੇ ਸਿਕੰਠ ਲਾਵੇ, ਜਿਹੜਾ ਗੁਰੂ ਦਰਬਾਰ ਦੇ ਵਿੱਚ ਆ ਜਾਵੇ ਉਹਨੂੰ ਬਰਾਬਰਤਾ ਹੀ ਦਿੱਤੀ ਜਾਂਦੀ ਹੈ, ਇੱਕੋ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ। ਗੁਰੂ ਦਰਬਾਰ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਇਹ ਪਹਾੜੀ ਰਾਜੇ ਜਿਹੜੇ ਨੇ ਇਹ ਸਹਾਰ ਨਾ ਸਕੇ। ਇਹਨਾਂ ਰਾਜਿਆਂ ਨੇ ਆਪਸ ਦੇ ਵਿੱਚ ਸਮਝੌਤਾ ਕਰਨ ਦਾ ਫੈਸਲਾ ਕਰ ਲਿਆ ਕਿ ਅਸੀਂ ਰਲ ਕੇ ਗੁਰੂ ਦਰਬਾਰ ਦੇ ਉੱਪਰ ਹਮਲਾ ਕਰਾਂਗੇ। ਇਹ ਜਦੋਂ ਭੀਮ ਚੰਦ ਦੀ ਅਗਵਾਈ ਦੇ ਵਿੱਚ ਕੈਲੂਰ ਦੇ ਰਹਿਣ ਵਾਲੇ ਰਾਜੇ ਦੇ ਕੋਲ ਜਦੋਂ ਸਾਰੇ ਇਕੱਤਰ ਹੋਏ ਨੇ, ਉੱਥੇ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਇੱਕ ਵਾਰੀ ਆਪਾਂ ਜਾ ਕੇ ਦਿੱਲੀ ਦਰਬਾਰ ਦੇ ਵਿੱਚ ਜ਼ਰੂਰ ਇਸ ਬਾਰੇ ਦੱਸ ਪਾਈਏ ਕਿ ਕੋਈ ਨਾ ਕੋਈ ਸਮਾਂ ਇਹੋ ਜਿਹਾ ਆ ਜਾਵੇਗਾ ਜਦੋਂ ਇਹ ਗੁਰੂ ਗੋਬਿੰਦ ਸਿੰਘ ਜਾ ਕੇ ਦਿੱਲੀ ਦੇ ਤਖ਼ਤ 'ਤੇ ਜਾ ਕੇ ਬੈਠ ਜਾਵੇਗਾ। ਇਹ ਸਾਰੇ ਇਕੱਤਰ ਹੋਏ ਨੇ ਆਪਸ ਦੇ ਵਿੱਚ, ਜਿਹੜੀਆਂ ਕਰਦੇ ਨੇ ਸਲਾਹਾਂ, ਕੀ ਕਰਨ ਲੱਗੇ ਨੇ ਵਿਚਾਰ, ਉਹ ਸਾਰੇ ਦਾ ਸਾਰਾ ਜ਼ਿਕਰ ਜਿਹੜਾ ਇਸ ਕਵਿਤਾ ਦੇ ਰੂਪ ਵਿੱਚ ਇਹੋ ਸਰਵਣ ਕਰੋ ਜੀ। ਸਾਡੇ ਲੈ ਗਵਾਂਢੀ ਰਾਜਾ ਭੀਮ ਚਾਂਦੀ ਨੇ, ਰਾਜਾ ਭੀਮ ਚਾਂਦੀ ਨੇ ਕਰਨੇ ਸਖਤ ਪੈਣੇ ਪਰ ਬਾਂਧੀ ਨੇ, ਕਰਨੇ ਸਖਤ ਪੈਣੇ ਪਰ ਬਾਂਧੀ ਨੇ। ਦਸਵੇਂ ਗੁਰਾਂ ਤੇ ਕਹਿੰਦਾ ਫੌਜ ਚਾੜੀਏ, ਕਹਿੰਦਾ ਫੌਜ ਚਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ। ਸਾਡੇ ਲੈ ਗਵਾਂਢੀ ਰਾਜਾ ਭੀਮ ਚਾਂਦੀ ਨੇ, ਰਾਜਾ ਭੀਮ ਚਾਂਦੀ ਨੇ ਕਰਨੇ ਸਖਤ ਪੈਣੇ ਪਰ ਬਾਂਧੀ ਨੇ, ਕਰਨੇ ਸਖਤ ਪੈਣੇ ਪਰ ਬਾਂਧੀ ਨੇ। ਗੁਰਾਂ ਤੇ ਕਹਿੰਦਾ ਫੌਜ ਚਾੜੀਏ, ਕਹਿੰਦਾ ਫੌਜ ਚਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ। ਸਿੱਖ ਲਹਿਰ ਜਾਪਦੀ ਹੈ ਜ਼ੋਰ ਫਾੜੀਦੀ, ਕਹਿੰਦਾ ਜ਼ੋਰ ਫਾੜੀਦੀ, ਉੱਕਾ ਪ੍ਰਵਾਹ ਨਾ ਕਿਸੇ ਦੀ ਕਰਦੀ, ਉੱਕਾ ਪ੍ਰਵਾਹ ਨਾ ਕਿਸੇ ਦੀ ਕਰਦੀ। ਬਿਨਾਂ ਦੇਰੀ ਉਹਨੂੰ ਪੈਰਾਂ ਚਲ ਤਾੜੀਏ ਜੀ, ਪੈਰਾਂ ਚਲ ਤਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ। ਜੇ ਕਰ ਤੁਸਾਂ ਗੱਦੀਆਂ ਬਚਾਉਣੀਆਂ, ਉਹ ਗੱਦੀਆਂ ਬਚਾਉਣੀਆਂ ਪੈਣਗੀਆਂ, ਝੱਟ ਕਸਮਾਂ ਉਠਾਉਣੀਆਂ ਪੈਣਗੀਆਂ, ਝੱਟ ਕਸਮਾਂ ਉਠਾਉਣੀਆਂ। ਸਾਵੇ ਸ਼ਹਿਰ ਵਾਂਗ ਰਾਂ ਦਹਾੜੀਏ ਜੀ, ਸ਼ੇਰ ਵਾਂਗ ਦਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ। ਬਾਦਸ਼ਾਹ ਔਰੰਗਜ਼ੇਬ ਕੋਲਾ ਜਾ ਕੇ ਤੇ, ਉਹ ਕਹਿੰਦਾ ਕੋਲਾ ਜਾ ਕੇ ਤੇ, ਕਰੀਏ ਮਿਹਨਤ ਕਾਲੇ ਪੱਲਾ ਪਾ ਕੇ ਤੇ, ਕਰੀਏ ਮਿਹਨਤ ਕਾਲੇ ਪੱਲਾ ਪਾ ਕੇ ਤੇ। ਦਸ਼ਾ ਕੀਤੀ ਗੁਰੂ ਕਿੰਨੀ ਮਾੜੀਏ ਜੀ, ਗੁਰੂ ਕਿੰਨੀ ਮਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ। ਰਾਜਿਆਂ ਨੇ ਪੱਕੀ ਕਰ ਕੇ ਸਲਾਹ ਜੀ, ਹਰ ਕੇ ਸਲਾਹ ਜੀ, ਦਿੱਲੀ ਵੱਲ ਦਿੱਤੇ ਚੱਟ ਚਾਲੇ ਭਾਜੀ, ਦਿੱਲੀ ਵੱਲ ਦਿੱਤੇ ਚੱਟ ਚਾਲੇ ਭਾਜੀ। ਚੋਣ ਵੀ ਪੰਚਾਇਤ ਲੱਗ ਗਈ ਅਗਾੜੀਏ ਜੀ, ਲੱਗ ਗਈ ਅਗਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ। ਉਹ ਦਿੱਲੀ ਦਰਬਾਰ ਪਹੁੰਚੇ ਬੇਈਮਾਨ ਜੀ, ਪਹੁੰਚੇ ਬੇਈਮਾਨ ਜੀ, ਬਾਦਸ਼ਾਹ ਦੇ ਤਾਂ ਹੀ ਲੱਗੇ ਭੜਕਾਣ ਜੀ, ਬਾਦਸ਼ਾਹ ਦੇ ਤਾਂ ਹੀ ਲੱਗੇ ਭੜਕਾਣ ਜੀ। ਅਨੰਦਪੁਰੋਂ ਪੈਰ ਗੁਰਾਂ ਦੇ ਅਖਾੜੀਏ ਜੀ, ਗੁਰਾਂ ਦੇ ਅਖਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ, ਰਲ ਕੇ ਸਲਾਹ ਕਰਨ ਪਹਾੜੀਏ। ਪਹਾੜੀ ਰਾਜਿਆਂ ਨੇ ਆਪਸ ਦੇ ਵਿੱਚ ਕਰਕੇ ਗੁਰਮਤਾ, ਆਪਸ ਦੇ ਵਿੱਚ ਕਰਕੇ ਸਲਾਹ, ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਹਿੰਦੇ ਦਿੱਲੀ ਦਰਬਾਰ ਦੇ ਵਿੱਚ ਚੱਲਦੇ ਹਾਂ। ਮੌਕੇ ਦਾ ਹੁਕਮਰਾਨ ਸੀ ਉਦੋਂ ਔਰੰਗਜ਼ੇਬ, ਜਿਹੜਾ ਕਿ ਬੜਾ ਕੱਟੜ ਤਰੀਕੇ ਦਾ ਮੁਸਲਮਾਨ, ਇਤਿਹਾਸ ਦੇ ਵਿੱਚ ਜ਼ਿਕਰ ਆਇਆ ਉਹਦਾ ਕੱਟੜ ਇਸ ਕਰਕੇ ਕਿਉਂਕਿ ਉਹਨੇ ਜ਼ਬਰਦਸਤੀ ਹਿੰਦੂਆਂ ਨੂੰ ਜਿਹੜਾ ਸੀ ਮੁਸਲਮਾਨ ਬਣਾਉਣ ਦਾ ਬੀੜਾ ਚੁੱਕਿਆ ਸੀ। ਉਹਨੇ ਇੱਥੋਂ ਤੱਕ ਕਸਮ ਖਾਧੀ ਸੀ ਕਿ ਜਦੋਂ ਤੱਕ ਮੈਂ ਸਾਰੇ ਦੇ ਸਾਰੇ ਇਸ ਹਿੰਦੁਸਤਾਨ ਦੀ ਧਰਤੀ 'ਤੇ ਹੈਦਰੀ ਨਾ ਚਲਾ ਦੇਵਾਂ, ਉਦੋਂ ਤੱਕ ਮੈਂ ਚੈਨ ਨਾਲ ਨਹੀਂ ਬੈਠਾਂਗਾ। ਅਤੇ ਉਸ ਦੀ ਕਸਮ ਜਿਹੜੀ ਸੀ ਉਹਨੂੰ ਤੋੜਨ ਦੇ ਲਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਤਿਲਕ ਜੰਝੂ ਰਾਖਾ ਪ੍ਰਵਤਾਂ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਦਤ ਹੇ ਤੇ ਤੀਜੀ ਨਕਰੀ ਸੀਸ ਦੀਆ ਪਰ ਸੀ ਨਾ ਉਤਰੀ। ਗੁਰੂ ਸਾਹਿਬ ਨੇ ਉਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ
ਉਸ ਵੇਲੇ ਦੇ ਹੁਕਮਰਾਨ ਦੇ ਨਾਲ ਮੱਥਾ ਤੱਕ ਲਾ ਲਿਆ ਤੇ ਜਾ ਕੇ ਉਸ ਧਰਮ ਦੀ ਰੱਖਿਆ ਕੀਤੀ ਜਿਹੜੇ ਧਰਮ ਦੇ ਪੈਰੋਕਾਰ ਅੱਜ ਸਾਨੂੰ 12 ਵਜੇ ਵਾਲਾ ਮਜ਼ਾਕ ਕਰਦੇ ਨੇ, ਅੱਜ ਬਹੁਤੇ ਸਿੱਖਾਂ ਦੇ ਨਾਲ ਬੜਾ ਬਿਤਕਰਾ ਕਰਦੇ ਨੇ। ਅੱਜ ਸਾਨੂੰ ਸਿੱਖਾਂ ਨੂੰ ਆਪਣੇ ਹੱਕਾਂ ਦੇ ਲਈ ਵੀ ਲੜਨਾ ਪੈ ਰਿਹਾ, ਸਾਨੂੰ ਆਪਣੇ ਮੌਲਿਕ ਅਧਿਕਾਰ ਜਿਹੜੇ ਨੇ ਉਹ ਵੀ ਸਾਨੂੰ ਅਦਾਲਤਾਂ ਦੇ ਰਾਹੀਂ ਮੰਗਣੇ ਪੈ ਰਹੇ ਨੇ, ਉਹ ਵੀ ਮੰਗਿਆ ਨਹੀਂ ਮਿਲ ਰਹੇ। ਸਾਡੀ ਪੰਜਾਬੀ ਮਾਂ ਬੋਲੀ ਜਿਹਨੂੰ ਕਿ ਗੁਰੂਆਂ ਪੀਰਾਂ ਨੇ ਵੀ ਪੂਰਾ ਸਤਿਕਾਰ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰਮੁਖੀ ਲਿਪੀ ਦੇ ਵਿੱਚ ਗੁਰੂ ਮਹਾਰਾਜਾਂ ਨੇ ਲਿਖਿਆ, ਆਪਣੇ ਮੁਖਾਰਵਿੰਦ ਵਿੱਚੋਂ ਉਚਾਰਿਆ, ਅਤੇ ਅੱਜ ਸਾਡੀ ਉਹ ਜਿਹੜੀ ਲਿਪੀ ਹੈ ਉਹ ਅੱਜ ਯੂਨੈਸਕੋ ਨੇ ਜਿਹੜੀ ਯੂਨੈਸਕੋ ਦੇ ਵਿੱਚ ਇੱਕ ਵਰਲਡ ਲੈਵਲ ਦੀ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਖਤਮ ਹੋਣ ਵਾਲੀਆਂ 200 ਭਾਸ਼ਾਵਾਂ ਦੇ ਵਿੱਚ ਪੰਜਾਬੀ ਵੀ 13ਵੇਂ ਨੰਬਰ 'ਤੇ ਆ ਗਈ, ਇਹ ਵੀ ਕਿਸੇ ਨਾ ਕਿਸੇ ਸਮੇਂ ਖਤਮ ਹੋ ਜਾਣੀ ਹੈ। ਸੋ ਉਸ ਵੇਲੇ ਦਾ ਜਿਹੜਾ ਹੁਕਮਰਾਨ ਸੀ ਔਰੰਗਜ਼ੇਬ, ਉਸ ਔਰੰਗਜ਼ੇਬ ਦੇ ਕੋਲ ਇਹ ਜਿਹੜੇ ਪਹਾੜੀ ਬਾਈ ਧਾਰ ਦੇ ਰਾਜੇ ਨੇ ਇਹ ਪਹੁੰਚੇ ਨੇ, ਜਾ ਕੇ ਇਹਨਾਂ ਨੇ ਦੱਸਣਾ ਕੀਤਾ ਕਿ ਕਿਸੇ ਨਾ ਕਿਸੇ ਸਮੇਂ ਜਿਹੜਾ ਗੁਰੂ ਕਲੰਗੀਆਂ ਵਾਲਾ ਉਹਦੀ ਲੋਕਪ੍ਰਿਯਤਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਅਤੇ ਉਹਨੇ ਕਿਸੇ ਨਾ ਕਿਸੇ ਦਿਨ ਆ ਕੇ ਦਿੱਲੀ ਦੇ ਇਸ ਦਰਬਾਰ ਦੇ ਵਿੱਚ ਤੇਰੇ ਇਸ ਤਖਤੇ ਤਾਉਸ ਦੇ ਉੱਪਰ ਕਾਬਿਜ ਹੋ ਜਾਣਾ ਅਤੇ ਤੇਰੇ ਲਈ ਫਿਰ ਮੂੰਹ ਦੀ ਖਾਣੀ ਪਏਗੀ। ਸੋ ਜਦੋਂ ਉਹਨੂੰ ਭੜਕਾਉਂਦੇ ਨੇ, ਉਹਨੂੰ ਤਿਆਰ ਕਰ ਦਿੰਦੇ ਨੇ, ਫਿਰ ਉਹ ਆਪਣੇ ਇੱਕ ਸਾਥੀ ਦੀਨਾ ਵੇਗ ਦੀ ਅਗਵਾਈ ਦੇ ਵਿੱਚ ਕੁਝ ਫੌਜ ਇਹਨਾਂ ਨੂੰ ਦੇ ਕੇ ਕਹਿੰਦਾ ਕਿ ਜਾਓ ਜਾ ਕੇ ਕਲੰਗੀਆਂ ਵਾਲੇ ਦਾ ਨਾਮੋ ਨਿਸ਼ਾਨ ਖਤਮ ਕਰ ਦਿਓ, ਉਹਦੇ ਬਣਾਏ ਹੋਏ ਕਿਲੇ ਜਿਹੜੇ ਨੇ ਢਾ ਦਿਓ, ਉਹਦੇ ਬਣਾਏ ਹੋਏ ਜਿੰਨੇ ਵੀ ਅਸਥਾਨ ਨੇ ਸਾਰਿਆਂ ਨੂੰ ਮਲੀਆ ਮੇਟ ਕਰ ਦਿਓ। ਅਤੇ ਇਹ ਜਿਹੜਾ ਦੀਨਾ ਵੇਗ ਹੈ ਇਹ ਵੀ ਇਹਨਾਂ ਦੇ ਨਾਲ ਚੱਲ ਕੇ, ਕੇਸਰੀ ਚੰਦ ਜਿਹੜਾ ਉਹ ਉਸ ਵੇਲੇ ਉੱਥੇ ਬੈਠਿਆ ਸੀ, ਅਤੇ ਕੇਸਰੀ ਚੰਦ ਦੀ ਵੀ ਸਲਾਹ ਲਈ ਗਈ ਹੈ ਕਿ ਤੇਰੇ ਕੋਲ ਇੱਕ ਵੱਡਾ ਤਕੜਾ ਹਾਥੀ ਹੈ, ਆਪਾਂ ਉਹਨੂੰ ਵੀ ਨਾਲ ਲੈ ਚੱਲਦੇ ਹਾਂ, ਅਤੇ ਉਹਦੇ ਨਾਲ ਜਿਹੜਾ ਆਪਾਂ ਇਹ ਸਲਾਹ ਕਰ ਲਈਏ ਕਿ ਜਿਹੜੀ ਜੋ ਵੀ ਤੇਰੇ ਹਾਥੀ ਦੇ ਨਾਲ ਆਪਾਂ ਕਰਨਾ ਹੈ ਆਪਾਂ ਇਹਨੂੰ ਪ੍ਰੋਪਰ ਤਿਆਰ ਕਰਕੇ ਲੈ ਕੇ ਜਾਵਾਂਗੇ। ਅਤੇ ਇੱਕ ਨਾਲ ਦੇ ਰਾਜ ਨੇ ਸਲਾਹ ਦਿੱਤੀ ਕਿ ਹਾਥੀ ਨੂੰ ਜੇਕਰ ਸ਼ਰਾਬ ਪਿਆ ਦਈਏ, ਨਸ਼ੇ ਦੇ ਵਿੱਚ ਜੇਕਰ ਹਾਥੀ ਹੋਵੇਗਾ ਉਹਨੂੰ ਅੱਗੇ ਪਿੱਛੇ ਕੁਝ ਨਹੀਂ ਦਿਖਣਾ, ਉਹਨੇ ਜ਼ਬਰਦਸਤੀ ਜਾ ਕੇ ਗੁਰੂ ਦਰਬਾਰ ਦੇ ਜਿਹੜੇ ਕਿਲੇ ਨੇ ਉਹਨਾਂ ਨੂੰ ਤਹਿਸ ਨਹਿਸ ਕਰ ਦੇਣਾ। ਅਤੇ ਵਿੱਚੋਂ ਕਿਸੇ ਇੱਕ ਨੇ ਦੱਸ ਦਿੱਤਾ ਕਿ ਗੁਰੂ ਸਾਹਿਬ ਇਸ ਵੇਲੇ ਲੋਹਗੜ ਦੇ ਕਿਲੇ ਦੇ ਵਿੱਚ ਬੈਠੇ ਨੇ ਡੇਰਾ ਲਾ ਕੇ, ਅਤੇ ਇਹਨਾਂ ਨੇ ਕਿਹਾ ਕਿ ਲੋਹਗੜ ਦਾ ਜਿਹੜਾ ਕਿਲਾ ਉਹਦਾ ਦਰਵਾਜ਼ਾ ਬੜਾ ਸਖਤ ਹੈ, ਉਹਨੂੰ ਇੰਨੀ ਆਸਾਨੀ ਨਾਲ ਨਹੀਂ ਤੋੜਿਆ ਜਾ ਸਕਦਾ। ਫਿਰ ਇਸ ਕੇਸਰੀ ਚੰਦ ਸਵਾਲੀਏ ਦੇ ਜਿਹੜਾ ਹਾਥੀ ਹੈ ਇਹਨੂੰ ਤਿਆਰ ਕੀਤਾ ਗਿਆ, ਇਹਦੇ ਸਿਰ 'ਤੇ ਉੱਪਰ ਤਵੀਆਂ ਜਿਹੜੀਆਂ ਨੇ 7 ਬੰਨੀਆਂ ਗਈਆਂ ਨੇ, ਸੰਜੋਆਂ ਦੇ ਨਾਲ ਇਹਦਾ ਸਰੀਰ ਢੱਕ ਦਿੱਤਾ ਗਿਆ, ਲੋਹੇ ਦੀਆਂ ਸੰਜੋਆਂ ਇਹਦੇ ਉੱਪਰ ਵਿਛਾ ਦਿੱਤੀਆਂ ਗਈਆਂ ਨੇ, ਅਤੇ ਇਸ ਹਾਥੀ ਨੂੰ ਤਿਆਰ ਕੀਤਾ ਗਿਆ। ਅਤੇ ਇਹ ਸਾਰਾ ਜਿਹੜਾ ਕਾਰ ਹੈ ਕੁਝ ਸਹਿਜਧਾਰੀਏ ਸਿੱਖ ਜਿਹੜੇ ਸੀ ਉਹ ਸੁਣ ਰਹੇ ਸੀ, ਉਹਨਾਂ ਸਹਿਜਧਾਰੀਏ ਸਿੱਖਾਂ ਨੇ ਇਹ ਸਾਰੇ ਦਾ ਸਾਰਾ ਜਿਹੜਾ ਦ੍ਰਿਸ਼ ਹੈ ਆਪਣੇ ਅੱਖੀਂ ਤੱਕਿਆ, ਅਤੇ ਆ ਕੇ ਗੁਰੂ ਦਰਬਾਰ ਦੇ ਵਿੱਚ ਗਲ ਦੇ ਵਿੱਚ ਪੱਲਾ ਪਾ ਕੇ ਗੁਰੂ ਕਲੰਗੀਆਂ ਵਾਲੇ ਨੂੰ ਪਹਾੜੀ ਰਾਜਿਆਂ ਅਤੇ ਦਿੱਲੀ ਦੇ ਤਖ਼ਤ 'ਤੇ ਬੈਠੇ ਔਰੰਗਜ਼ੇਬ ਦੀ ਵਿਉਂਤਬੰਦੀ ਕਿਵੇਂ ਆ ਕੇ ਲੱਗੇ ਨੇ ਦੱਸਣ, ਇਸ ਕਵਿਤਾ ਦੇ ਰੂਪ ਵਿੱਚ ਜਥੇ ਪਾਸੋਂ ਇਉਂ ਸਰਵਣ ਕਰੋ ਜੀ। ਸਿੱਖ ਸਹਿਜ ਤਾਰੀਆਂ ਨੇ ਤਸਿਆ ਤਸਿਮ ਗੁਰਾਂ ਦੇ ਤਾਈ, ਰਲ ਬਾਈ ਤਾਰੀਆਂ ਨੇ ਕਰੀਆਂ ਜੰਗ ਦੀਆਂ ਬਹੁਤ ਸਲਾਹੀ, ਰਲ ਬਾਈ ਤਾਰੀਆਂ ਨੇ ਕਰੀਆਂ ਜੰਗ ਦੀਆਂ ਬਹੁਤ ਸਲਾਹੀ, ਚੁੱਕ ਕਸਮਾਂ ਜੰਗ ਦੀਆਂ ਚੜਿਆ ਚੰਦ ਕੇਸਰੀ ਰਾਜਾ, ਕੱਲ ਹਾਥੀ ਆਵੇਗਾ ਤੋੜਨ ਲੋਗਣ ਦਾ ਦਰਵਾਜ਼ਾ, ਕੱਲ ਹਾਥੀ ਆਵੇਗਾ ਤੋੜਨ ਲੋਗਣ ਦਾ ਦਰਵਾਜ਼ਾ। ਉਹ ਸਿੱਖ ਸਹਿਜ ਤਾਰੀਆਂ ਨੇ ਦੱਸਿਆ ਦਸਮ ਗੁਰਾਂ ਦੇ ਤਾਈ, ਰਲ ਬਾਈ ਤਾਰੀਆਂ ਨੇ ਕਰੀਆਂ ਜੰਗ ਦੀਆਂ ਬਹੁਤ ਸਲਾਹੀ, ਰਲ ਬਾਈ ਤਾਰੀਆਂ ਨੇ ਕਰੀਆਂ ਜੰਗ ਦੀਆਂ ਬਹੁਤ ਸਲਾਹੀ, ਕਸਮਾਂ ਜੰਗ ਦੀਆਂ ਚੜਿਆ ਚੰਦ ਕੇਸਰੀ ਰਾਜਾ, ਕੱਲ ਹਾਥੀ ਆਵੇਗਾ ਤੋੜਨ ਲੋਗਣ ਦਾ ਦਰਵਾਜ਼ਾ, ਕੱਲ ਹਾਥੀ ਆਵੇਗਾ ਤੋੜਨ ਲੋਗਣ ਦਾ ਦਰਵਾਜ਼ਾ। ਹੋ ਟਿੱਡੀ ਦਲ ਇਕੱਠਾ ਹੋ ਕਹਿੰਦੇ ਅਨੰਦਪੁਰ ਤੇ ਹੈ ਚੜਨਾ, ਓ ਕਹਿੰਦੇ ਸਤਿਗੁਰ ਨੂੰ ਹੱਥੀ ਕੱਲ ਕਿਲੇ ਚੋਂ ਫੜਨਾ, ਭਾਰੀ ਗਿਣਤੀ ਫੌਜ ਹੈ ਫੌਜ ਦਾ ਨਹੀਂ ਲੱਗਦਾ ਅੰਦਾਜ਼ਾ, ਕੱਲ ਹਾਥੀ ਆਵੇਗਾ ਤੋੜਨ ਲੋਗਣ ਦਾ ਦਰਵਾਜ਼ਾ,
कल हाथी आवेगा तोड़न लोगण दा दरवाजा ओ नाखूनी हाथी नू ओ नाखूनी हाथी नू पिलाइया रजबियां बहुत शराबा विच पंगत तुरे पा ओनू बहुत चाड़ियां लागा विच पंगत तुरे पा ओनू बहुत चाड़ियां लागा देना आनंदपुर नू ओ ना पक्का कर लिया इरादा कल हाथी आवेगा तोड़न लोगण दा दरवाजा कल हाथी आवेगा तोड़न लोगण दा दरवाजा ओ ना वटी दे के ते सुन मकुली देसी दे लाते ओ ना बट्टी दे के ते सुन मकुल देसी दे राते रहे पुनक बाबानू रहे साबत साबत खांदे खान वजीद जहे कट्टा होया मालवा माजा कल हाथी आवेगा तोड़न लोगण दा दरवाजा कल हाथी आवेगा तोड़न लोगण दा दरवाजा सात तवियां बनतियां सात तवियां बनतियां होनी हाथी दे विच मथे सब राजे पहुंच गए लेके अपनो अपने जथे लहर कवि सर कहे दुश्मन जान ना देओ न राजा दुश्मन जान ना देओ न राजा कल हाथी आवेगा तोड़न लोगण दा दरवाजा कल हाथी आवेगा तोड़न लोगण दा दरवाजा सहज धारिए सिखा ने गुरु दरबार दे विच आके गुरु कलंगियां वाले नूं दसना कीता है कि कल केसरी चंद दा जिहड़ा हाथी है लोगड़ दे किले दा दरवाजा तोड़न दे लई ओह इत्थे पहुंच रिहा है ते सहज धारीए सिखां ने जदों बेनती गुरु साहिब नूं दसी है ते गुरु साहिब कहण लगे ने कि सिखो कि तुसी उस हाथी तों डरदे हो जगा मारो तां निगियां साडी संगत वल ओह बैठा साडा हाथी दुनी चंद मजीठिया इहदा जिहड़ा शरीर है बड़ा तकड़ा सी बड़े भारे जुस्से का मालिक यह जड़ा संगत दे विच बैठा है गल दे विच पल्ला पाया होया है ते जदों गल इशारा उहदे वल होया एक लिखदा शायर उहदे बारे दुनी चंद जो मछंद खांदा रोटियां दी पंड पीवे देगा दाल दा एडा कोहदा शरीर सी वी इन्ना कोहदा खाण पाण सी संगत दे विच बैठा है ते संगत दे विच बैठे वल जदों इशारा हो गया उहने अपने इधर उधर देखिया कि शायद किसी होर बारे गल हो रही है पर जदों गुरु साहिब ने उहदा नाम लेके सत्कारिया ते उह भी एक वारी तां खड़ा हो गया गल दे विच पल्ला पा के ते गुरु साहिब कहना करदे ने कि भाई फिकर ना करो साडा दुनी चंद जिहड़ा है इह उस हाथी दा मुकाबला कर लवेगा उस हाथी नूं मूंह दी खाणी पवेगी सो गुरु गोबिंद सिंह जी महाराज जी अपने सिंघां नूं उपदेश दे रहे ने कि तुसीं सहज नाल बैठ जावो कोई गल नहीं जदों सवेर होएगी उदों देखिया जावेगा ते जदों होई सवेर रात दे वेले ही हले तड़का होना सी तड़क वेले तकरीबन चार क बजे का समा इतिहास के जिक्र आता है कि दुनी चंद जिहड़ा ये बुड़बुड़ करदा संगत दे विचों चला गया ते मन दे विच कहिंदा जांदा कि गुरु नूं केवल मैं ही लज्जिया सी कि गुरु नूं केवल मेरा ही लग्या सी पता संगत दे विच होर बथेरे बैठे सी मैनू गुरु ने हाथी कोलों मरवाणा है भला कोई अज तक जानवर दे नाल लड़के हाथी दे नाल लड़के कोई जित सकिया अपने मूँह दे विच बुड़बुड़ करदा होया ये जिहड़ा दुनी चंद मजीठिया है गुरु दरबार दे विचों चला जांदा है इहदे कुछ साथी जिहड़े ने क्योंकि कुछ क जदों आपां किसी संगत दे विच सेवा करदे होईए हर थां ते हुंदा है कि कुछ क अपने मित्र प्यारे बन जांदे ने कुछ दिलों मित्र हुंदे ने कुछ उपरों उपरों हुंदे ने पर मित्र प्यारे बन जांदे ने ते उह जिहड़े इहदे मित्र प्यारे ने उह कहिंदे ने कि अज तां तूं चंगा फसिया है कल सानूं नहीं लगदा हाथी तैनूं बख्शेगा ते तूं तां गया ही समझ ते इहदे वी मन दे विच आ गया कि हाथी दे कोलों लतड़न नालों क्यों ना मैं इत्थों अज भज तुरां ते दुनी चंद मजीठिए ने अपने साथियों के नाल करके सलाह किले की कंध टप्पण का इरादा कर लिया इन्होंने कुछ दस्तारा इकट्ठिया कीतिया ने दस्तारा नू बन के आपस दे विच किले दे पिछे पास्यों इन्होंने उन्हें लटका दिता है ते जिहड़े इहदे साथी ने एक एक करके दो तीन जने जिहड़े ने उह नीचे उतर चुके ने ते अगली बारी जिहड़ी है दुनी चंद मजीठिए दी आ चुकी है ते दुनी चंद मजीठिया जिवें कि मैं पहलां दस चुका बड़े भरमे जे जुस्से का मालिक है बहुत भारा शरीर है ते इह जदों रस्सी दे जदों उस पग्गां दे दस्तारां दे उस लड़दे नाल लटक के जदों इह लग्गिया नीचे उतरन ते भार ज़्यादा होण करके उह जिहड़े
ਲੱਜ ਜਿਹੜੀ ਸੀ ਉਹ ਟੁੱਟ ਗਈ ਹੈ ਤੇ ਇਹ ਨੀਚੇ ਡਿੱਗ ਪਿਆ। ਜਦੋਂ ਇਹ ਨੀਚੇ ਡਿੱਗਿਆ ਡਿੱਗਦੇ ਦੀ ਇਹਦਾ ਪੱਟ ਦੇ ਕੋਲੋਂ ਲੱਤ ਟੁੱਟ ਗਈ ਹੈ ਤੇ ਲੱਤ ਟੁੱਟਣ ਦੇ ਨਾਲ ਤੋਂ ਚੱਲਿਆ ਨਹੀਂ ਜਾਂਦਾ ਤੇ ਰੜਾ ਮਾਰਦਾ ਆਪਸ ਦੇ ਵਿੱਚ ਸਲਾਹਾਂ ਕਰਦੇ ਨੇ ਕਿ ਜੇ ਪਤਾ ਲੱਗ ਗਿਆ ਬੜੀ ਬੇਇੱਜ਼ਤੀ ਹੋਣੀ ਹੈ ਤੇ ਇਹ ਜਿਹੜਾ ਮਜੀਠੀਆ ਹੈ ਇਹ ਦੁਨੀ ਚੰਦ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਇੱਥੋਂ ਲੈ ਜਾਵੋ ਨਹੀਂ ਤਾਂ ਬੜੀ ਬੇਇੱਜ਼ਤੀ ਹੋ ਜਾਵੇਗੀ ਨਹੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਾਂਗੇ। ਤੇ ਇਹ ਜਿਹੜਾ ਦੁਨੀ ਚੰਦ ਮਜੀਠੀਆ ਜਦੋਂ ਤੁਰ ਗਿਆ ਇੱਥੋਂ ਤੇ ਇਹ ਆਪਣੇ ਕਰਤਾਰਪੁਰ ਦੇ ਵਿਖੇ ਮਜੀਠਾ ਪਿੰਡ ਦੇ ਵਿੱਚ ਜਦੋਂ ਪਹੁੰਚਿਆ ਤੇ ਸਵੇਰ ਹੋਈ ਹੈ ਤੜਕ ਵੇਲਾ ਹੋਇਆ ਗੁਰੂ ਸਾਹਿਬ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਕੀਰਤਨ ਤੋਂ ਬਾਅਦ ਜਦੋਂ ਗੁਰੂ ਦਰਬਾਰ ਦੇ ਵਿੱਚ ਸੰਗਤਾਂ ਬੈਠੀਆਂ ਨੇ ਤੇ ਕੁਝ ਸਿੰਘਾਂ ਨੇ ਆ ਕੇ ਗੁਰੂ ਸਾਹਿਬ ਨੂੰ ਕੀ ਕਹਿਣਾ ਕੀਤਾ ਇਸ ਕਵਿਤਾ ਦੇ ਰੂਪ ਵਿੱਚ ਇਹੋ ਸਰਵਣ ਕਰੋ ਜੀ। ਤੁਹਾਡਾ ਦੁਨੀ ਚੰਦ ਚਾੜ ਗਿਆ ਚੰਨ ਰਾਤ ਦਾ ਉਹ ਤਾਂ ਪਹੁੰਚਿਆ ਮਜਿੱਠੇ ਹੁਣੇ ਸਾਨੂੰ ਜਾਪਦਾ ਉਹ ਤਾਂ ਪਹੁੰਚਿਆ ਮਜਿੱਠੇ ਹੁਣੇ ਸਾਨੂੰ ਜਾਪਦਾ ਉਹਨੇ ਕੀਤੀ ਨੀ ਬਹਾਦਰੀ ਕੋਈ ਘੱਟ ਗੁਰੂ ਜੀ ਰਾਤੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਹਾਥੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਤੁਹਾਡਾ ਦੁਨੀ ਚੰਦ ਸਾੜ ਗਿਆ ਚੰਨ ਰਾਤ ਦਾ ਉਹ ਤਾਂ ਪਹੁੰਚਿਆ ਮਜਿੱਠੇ ਹੁਣੇ ਸਾਨੂੰ ਜਾਪਦਾ ਉਹਨੇ ਕੀਤੀ ਨੀ ਬਹਾਦਰੀ ਕੋਈ ਘੱਟ ਗੁਰੂ ਜੀ ਹਾਥੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਹਾਥੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਉਹ ਜਿਹਨੂੰ ਪਾਲਿਆ ਸੀ ਦੇ ਕੇ ਖੁੱਲੀਆਂ ਖੁਰਾਕਾਂ ਜੀ ਚਿੱਟੇ ਰੰਗ ਦੀਆਂ ਪਾਉਂਦਾ ਟੋਰ ਨਾਲ ਪੁਸ਼ਾਕਾਂ ਜੀ ਢਿੱਡ ਫੁੱਲਿਆ ਸੀ ਵਾਂਗ ਜੀ ਦਾ ਮਟ ਗੁਰੂ ਜੀ ਹਾਥੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਹਾਥੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਉਹ ਜਿਹੜਾ ਲੰਗਰ ਦੇ ਵਿੱਚ ਨਿਤ ਮੌਜਾਂ ਡਾਂਦਾ ਸੀ ਜਿਹੜਾ ਲੰਗਰ ਦੇ ਵਿੱਚ ਨਿਤ ਮੌਜਾਂ ਡਾਂਦਾ ਸੀ ਜਿੰਨਾ ਉੜੀਕਿਆ ਤੇ ਸੁੱਕਾ ਨਾ ਕੜਾ ਜਾਂਦਾ ਸੀ ਕੜੇ ਪੰਜ ਸੇਰ ਜਾਂਦਾ ਜਿਹੜਾ ਫੱਕ ਗੁਰੂ ਜੀ ਹਾਥੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਹਾਥੀ ਰਾਤ ਦਾ ਤੂੰ ਸਾਂਦਾ ਗਿਆ ਨਸ ਗੁਰੂ ਜੀ ਸਹਿਜ ਧਾਰੀਏ ਸਿੱਖਾਂ ਨੇ ਗੁਰੂ ਸਾਹਿਬ ਨੂੰ ਦੱਸ ਦਿੱਤਾ ਕਿ ਤੁਹਾਡਾ ਜਿਹੜਾ ਹਾਥੀ ਹੈ ਇਹ ਭੱਜ ਚੁੱਕਿਆ ਇਹਨੇ ਚੰਦ ਚਾੜ ਦਿੱਤਾ ਤੇ ਆਪਣੀ ਲੱਤ ਤੱਕ ਤੜਵਾ ਕੇ ਗਿਆ ਇੱਥੋਂ ਤੇ ਗੁਰੂ ਸਾਹਿਬ ਕਹਿਣਾ ਕਰਦੇ ਨੇ ਕਿ ਭਾਈ ਸ਼ਾਇਦ ਉਹ ਮੌਤ ਦੇ ਡਰੋਂ ਭੱਜ ਗਿਆ ਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਇਹ ਮੌਤ ਦੇ ਡਰੋਂ ਇੱਥੋਂ ਭੱਜਿਆ ਹੋਇਆ ਜਦੋਂ ਆਪਣੇ ਨਗਰ ਪਹੁੰਚਿਆ ਉੱਥੇ ਇਸ ਦੇ ਘਰਦਿਆਂ ਨੇ ਸ਼ਰਮ ਤੋਂ ਡਰਦਿਆਂ ਨੇ ਬੇਇੱਜ਼ਤੀ ਤੋਂ ਡਰਦਿਆਂ ਨੇ ਇਹਨੂੰ ਪਿੱਛੇ ਇੱਕ ਜਿਹੜਾ ਸਟੋਰ ਰੂਮ ਆਪਾਂ ਕਹਿੰਦੇ ਹਾਂ ਉਸ ਕਮਰੇ ਦੇ ਵਿੱਚ ਇਹਨੂੰ ਪਾ ਦਿੱਤਾ ਤੇ ਉਸ ਕਮਰੇ ਦੇ ਵਿੱਚੋਂ ਸੱਪ ਨਿਕਲਿਆ ਕਹਿੰਦੇ ਇਹਦੇ ਡੰਗ ਮਾਰ ਕੇ ਸੱਪ ਨੇ ਇਹਨੂੰ ਉੱਥੇ ਮੁਕਾ ਦਿੱਤਾ ਇੱਕ ਪਾਸੇ ਉਹ ਮੌਤ ਤੋਂ ਡਰਦਾ ਗਿਆ ਸੀ ਉੱਥੇ ਜਾ ਕੇ ਅੱਗੇ ਫਿਰ ਮੌਤ ਉਹਦੇ ਸਾਹਮਣਾ ਕਰ ਗਈ ਹੈ ਮੁੱਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਉਹਨੂੰ ਮੌਤ ਅੱਗੇ ਜਾ ਕੇ ਟਾਕਰਾ ਹੋ ਗਿਆ ਤੇ ਆਖਿਰ ਫਿਰ ਇਹ ਗੁਰੂ ਦਰਬਾਰ ਦੇ ਵਿੱਚੋਂ ਨਗੂਰਾ ਹੋ ਕੇ ਗਿਆ ਸੀ ਤੇ ਫਿਰ ਵੀ ਇਹਦੀ ਜ਼ਿੰਦਗੀ ਨਹੀਂ ਬਚ ਸਕੀ ਗੁਰੂ ਸਾਹਿਬ ਕਹਿਣਾ ਕਰਦੇ ਨੇ ਭਾਈ ਸਿੰਘੋ ਘਬਰਾਓ ਨਾ ਉਹ ਦੇਖੋ ਸਾਡਾ ਇੱਕ ਹੋਰ ਸਿੰਘ ਭਾਈ ਬਚਿੱਤਰ ਸਿੰਘ ਸਾਡੀ ਸੰਗਤ ਦੇ ਵਿੱਚ ਬੈਠਿਆ ਨਿਮਰਤਾ ਦਾ ਪੁੰਜ ਹੈ ਮਧਰਾ ਜਿਹਾ ਕੱਦ ਹੈ ਪਰ ਸਰੀਰ ਬਿਲਕੁਲ ਗੁੰਦਮ ਹੈ ਗੁਰੂ ਦੇ ਦਰਬਾਰ ਦਾ ਪੱਕਾ ਸ਼ਰਧਾਲੂ ਹੈ ਇਹ ਭਾਈ ਬਚਿੱਤਰ ਸਿੰਘ ਕੌਣ ਹੋਇਆ ਭਾਈ ਬਚਿੱਤਰ ਸਿੰਘ ਹੋਇਆ ਬਾਬਾ ਮਨੀ ਸਿੰਘ ਜੀ ਹੁਣਾਂ ਦਾ ਸਪੁੱਤਰ ਅਤੇ ਉਹਨਾਂ ਦੀ ਮਾਤਾ ਮਾਤਾ ਸੀਤੋ ਦੇਵੀ ਜੀ ਦੀ ਗੋਦੀ ਦਾ ਸ਼ਿੰਗਾਰ ਉਹਨਾਂ ਦੇ ਨਾਨਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਧੜ ਦਾ ਸੰਸਕਾਰ ਕੀਤਾ ਭਾਈ ਲੱਖੀ ਸ਼ਾਹ ਜੀ ਵਣਜਾਰਾ ਰਾਜਪੂਤ ਖਾਨਦਾਨ ਦੇ ਵਿੱਚੋਂ ਇਹ ਭਾਈ ਬਚਿੱਤਰ ਸਿੰਘ ਸੰਗਤ ਦੇ ਵਿੱਚ ਬੈਠਾ ਜਦੋਂ ਗੁਰੂ ਸਾਹਿਬ ਨੇ ਇਹਦੇ ਵੱਲ ਇਸ਼ਾਰਾ ਕੀਤਾ ਕਿਵੇਂ ਗੁਰੂ ਸਾਹਿਬ ਜੀ ਉਹਨੂੰ ਕਹਿਣਾ ਕਰਦੇ ਨੇ ਕਿ ਭਾਈ ਸਾਡਾ ਇਹ ਜਿਹੜਾ ਬਚਿੱਤਰ ਸਿੰਘ ਹੈ ਸਾਡਾ ਇਹ ਜਿਹੜਾ ਫੁਰਤੀਲਾ ਸਿੱਖ ਹੈ ਇਹ ਉਸ ਹਾਥੀ ਦਾ ਜਿਹੜਾ ਮੁਕਾਬਲਾ ਕਰੇਗਾ ਦਿਨ ਚੜ੍ਹਿਆ ਹੈ ਸਵੇਰ ਹੋਈ ਹੈ ਉੱਧਰੋਂ ਅਲੀ ਅਲੀ ਦੇ ਨਾਰੇ ਨਾਲ ਜੈ ਦੇਵਾ ਦੇ ਨਾਰੇ ਲੱਗਦੇ ਹੋਏ ਫੌਜਾਂ ਜਿਹੜੀਆਂ ਨੇ ਉਹ ਲੋਹਗੜ੍ਹ ਦੇ ਕਿਲੇ ਵੱਲ ਵੱਧਦੀਆਂ ਹੋਈਆਂ ਬਹੁਤ ਧਾਈ ਆਉਂਦੀਆਂ ਨੇ ਇੱਕ ਸ਼ਾਇਰ ਬੜਾ ਸੁੰਦਰ ਉਹਨਾਂ ਫੌਜਾਂ ਦੇ ਆਉਂਦੇ ਹੋਏ ਨੌਜਵਾਨਾਂ ਦਾ ਦ੍ਰਿਸ਼ ਕੱਸਦਾ ਉਹ ਕਹਿੰਦਾ ਉਹਨਾਂ ਦੇ ਕੁੜਤੇ 20-20 ਗਜ਼ਾਂ ਦੇ ਹਾਲੇ ਵੀ ਭੀੜੇ ਉਹਨਾਂ ਮਾਸ ਉਹਨਾਂ ਟਾਂਕੇ ਲਾਏ ਜਾਗਤੀ ਨਾ ਲਾਏ ਬੀੜੇ ਉਹਨਾਂ ਮਾਸ ਗੁਲੱਛੀ ਖਾ ਲਿਆ ਨਾ ਛੁਰੀਆਂ ਚੀਰੇ
ਐਂਡ ਜਿਉਂ ਖੁੱਜੀ ਪਾਣੀ ਪੈ ਗਿਆ ਇਹੋ ਨਿਕਲੇ ਕੀੜੇ ਇਸ ਤਰ੍ਹਾਂ ਇਕੱਠੇ ਹੋ ਕੇ ਜਿਵੇਂ ਖੁੱਡ ਦੇ ਵਿੱਚ ਪਾਣੀ ਪੈਣ ਤੋਂ ਬਾਅਦ ਕੀੜੇ ਇੱਕਦਮ ਬਾਹਰ ਨਿਕਲ ਜਾਂਦੇ ਨੇ ਇਵੇਂ ਵੱਧ ਵੱਧ ਕੇ ਉਹ ਜਿਹੜੀਆਂ ਫੌਜਾਂ ਨੇ ਗੁਰੂ ਦਰਬਾਰ ਵੱਲ ਵੱਧਦੀਆਂ ਹੋਈਆਂ ਆ ਰਹੀਆਂ ਨੇ ਅਲੀ ਅਲੀ ਦੇ ਨਾਅਰੇ ਲੱਗਦੇ ਨੇ ਇੱਧਰ ਗੁਰੂ ਦਰਬਾਰ ਦੇ ਵੱਲੋਂ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਦੇ ਕੇ ਥਾਪੜਾ ਫੜਾ ਕੇ ਨਾਗਣੀ ਵਰਛੀ ਕਿਵੇਂ ਉਸ ਬੈਰੀ ਦਲ ਦਾ ਮੁਕਾਬਲਾ ਕਰਨ ਦੇ ਲਈ ਲੋਹਗੜ੍ਹ ਦੇ ਕਿਲੇ ਦੇ ਵਿੱਚੋਂ ਭੇਜਿਆ ਇਸ ਕਵਿਤਾ ਦੇ ਰੂਪ ਵਿੱਚ ਇਹੋ ਸਰਵਣ ਕਰੋ ਜੀ। ਉਹ ਦਿਨ ਚੜ੍ਹਦੇ ਰਾਜਿਆਂ ਨੇ ਲਾਇਆ ਜੈ ਦੇਵਾ ਦਾ ਨਾਰਾ ਦਸਵਾਂ ਗੁਰ ਫੜਨ ਲਈ ਚੜਿਆ ਦਲ ਦੁਸ਼ਮਣਾਂ ਦਾ ਪਾਰਾ ਦਸਵਾਂ ਗੁਰ ਫੜਨ ਲਈ ਚੜਿਆ ਜਲ ਦੁਸ਼ਮਣਾਂ ਦਾ ਪਾਰਾ ਪੂਜਾ ਠਾਕੁਰ ਦੀ ਪੌੜੇ ਸ਼ਿਵਾ ਦੇ ਤਾਈ ਤੇ ਆਉਂਦੇ ਸ਼ੇਰਾਂ ਦੇ ਘੂਰਣੇ ਨੂੰ ਗਿੱਦੜ ਬੰਨ ਟਾਣੀਆਂ ਆਉਂਦੇ ਸ਼ੇਰਾਂ ਦੇ ਘੂਰਣੇ ਨੂੰ ਗਿੱਦੜ ਬੰਨ ਟਾਣੀਆਂ ਆਉਂਦੇ ਉਹ ਨਾਖੂਨੀ ਹਾਥੀ ਦੇ ਉਹਨਾਂ ਖੂਨੀ ਹਾਥੀ ਦੇ ਤਬੀਆਂ ਭੀੜ ਮੱਛੇ ਵਿੱਚ ਦਿੱਤੀਆਂ ਫਿਰ ਸੁੰਡ ਨਾਲ ਬੰਨਤੀਆਂ ਲਾਇਕ ਦੋ ਤਲਵਾਰਾਂ ਤਿੱਖੀਆਂ ਮੂੰਹ ਵਿੱਚ ਹਾਥੀ ਦੇਤੇ ਲਾਜਨ ਸੇ ਦੇ ਪੀਪੇ ਉਹ ਹੋ ਕੇ ਮਸਤ ਜਿਹਾ ਲਾਵੇ ਸੁੰਡ ਕੜਕ ਦੇ ਚੀਕੇ ਉਹ ਹੋ ਕੇ ਮਸਤ ਜਿਹਾ ਲਾਵੇ ਸੁੰਡ ਕੜਕ ਦੇ ਚੀਕੇ ਉਹ ਲੋਰੀ ਨਸ਼ੇ ਦੇ ਚ ਜਾਂਦਾ ਜੋਰੀ ਸੁੰਡ ਹਿਲਾਉਂਦਾ ਲੈ ਪਿੱਛੋਂ ਫੌਜਾਂ ਨੂੰ ਰਾਜਾ ਚੰਦ ਕੇਸਰੀ ਆਉਂਦਾ ਵੇਖਿਆ ਸਿੰਘਾਂ ਨੇ ਚੜ ਕੇ ਬਾਈ ਧਾਰੀਏ ਆਉਂਦੇ ਲੈ ਆਗਿਆ ਸਤਿਗੁਰ ਤੋਂ ਦੋਰੀ ਚੋਟ ਨਗਾਰੇ ਲਾਉਂਦੇ ਲੈ ਆਗਿਆ ਸਤਿਗੁਰ ਤੋਂ ਦੋਰੀ ਚੋਟ ਨਗਾਰੇ ਲਾਉਂਦੇ ਉਹ ਚੱਟ ਚੜਿਆ ਘੋੜੇ ਤੇ ਛੱਡ ਕੇ ਬੱਬਰ ਸ਼ੇਰ ਜੈਕਾਰਾ ਹੈ ਨਾਲ ਸੂਰਮੇ ਦੇ ਚੜਿਆ ਦਲ ਸਿੰਘਾਂ ਦਾ ਭਾਰਾ ਖੂਨੀ ਹਾਥੀ ਨੂੰ ਮਾਰੀ ਚਾਲ ਸਿੰਘਾਂ ਦੇ ਘੋੜੇ ਚੱਕ ਅਗਲੇ ਪੋੜ ਦੋਵੇਂ ਉਸਨੇ ਵਿੱਚ ਮਤੇ ਦੇ ਜੋੜੇ ਚੱਕ ਅਗਲੇ ਪੋੜ ਦੋਵੇਂ ਉਸਨੇ ਵਿੱਚ ਮਤੇ ਦੇ ਜੋੜੇ ਫਿਰ ਸਿੰਘ ਬਚਿੱਤਰੀ ਨੇ ਕਰਕੇ ਬਹੁਤ ਜਾਣੋ ਹੁਸ਼ਿਆਰੀ ਬਲ ਸਾਰਾ ਲਾ ਕੇ ਤੇ ਮੱਥੇ ਵਿੱਚ ਨਾਗਣੀ ਮਾਰੀ ਕੀਤਾ ਮਰੋੜਾ ਸੀ ਆਵੇ ਖੂਨੀ ਬਾਹਰ ਨੂੰ ਆਇਆ ਗਿਆ ਛਿੜਕਿਆ ਸਿੰਘ ਉੱਤੇ ਜੇ ਆ ਜੋ ਕੇ ਸਰ ਛਿੜਕਾਇਆ ਗਿਆ ਛਿੜਕਿਆ ਸਿੰਘ ਉੱਤੇ ਗੇ ਆ ਜੋ ਕੇ ਸਰ ਛਿੜਕਾਇਆ ਉਧਰ ਸਿੰਘ ਉਹਦੇ ਨੇ ਉਧਰ ਸਿੰਘ ਉਹਦੇ ਨੇ ਰੋਕਿਆ ਚੰਦ ਕੇਸਰੀ ਜਾ ਕੇ ਸਤਿਗੁਰੀ ਨਾਲ ਫੇਰ ਲੜੀ ਪਹਿਲਾਂ ਵੇਖ ਹੱਥ ਅਜਮਾ ਕੇ ਸਤਿਗੁਰ ਨਾ ਤੇਰੇ ਜਿਹਾ ਗਿੱਦੜਾ ਕੀ ਲੈਣਾ ਜੇ ਤੈਨੂੰ ਮਾਰਿਆ ਨਾ ਮੈਨੂੰ ਸਿੰਘ ਕਿਸੇ ਨੀ ਕਹਿਣਾ ਜੇ ਤੈਨੂੰ ਮਾਰਿਆ ਨਾ ਮੈਨੂੰ ਸਿੰਘ ਕਿਸੇ ਨੀ ਕਹਿਣਾ ਫਿਰ ਸਿੰਘ ਸੂਰਮੇ ਨੇ ਫਿਰ ਸਿੰਘ ਸੂਰਮੇ ਨੇ ਮਾਰਿਆ ਵਿੱਚ ਰਗਾਂਦੇ ਨਿੱਜਾ ਅੱਜੀ ਉਸਦਾ ਸੀਸ ਲਿਆ ਹੇਠੋਂ ਮਾਰ ਸੂਰਮੇ ਤੇ ਗਾ ਮੇਰੇ ਸਤਿਗੁਰ ਨਾ ਤੇਰੇ ਜਗ ਦੜਾ ਕੀ ਲੈਣਾ ਜੇ ਤੈਨੂੰ ਮਾਰਿਆ ਨਾ ਮੈਨੂੰ ਸਿੰਘ ਕਿਸੇ ਨੀ ਕਹਿਣਾ ਜੇ ਤੈਨੂੰ ਮਾਰਿਆ ਨਾ ਮੈਨੂੰ ਸਿੰਘ ਕਿਸੇ ਨੀ ਕਹਿਣਾ ਲੈ ਕੇ ਕਲਿੰਗੀ ਧਰ ਤੋਂ ਥਾਪੜਾ ਪਛੇਤਰ ਸਿੰਘ ਗਿਆ ਜੋਸ਼ ਵਿੱਚ ਉਹਨੇ ਨਾਗਣੀ ਨੂੰ ਹੱਥ ਪਾ ਲਿਆ ਪੂਰੀ ਲਾ ਕੇ ਆਪਣੀ ਬਾ ਮੱਥੇ ਹਾਥੀ ਦੇ ਸੱਤ ਬੀੜੀਆਂ ਉਹ ਤਿੱਤਾ ਮੱਟ ਸ਼ਰਾਬ ਦਾ ਪਿਆ ਹਾਥੀ ਕਿਲਕਾਰੀਆਂ ਮਾਰਦਾ ਰਿਹਾ ਕਿਲੇ ਦੇ ਵੱਲ ਨੂੰ ਆ ਪਰ ਹਾਥੀ ਤੇ
सिंह ने कर दिता पूरी लाके अपनी मथे विच नगनी दस गई खून वगिया ती रिया हाथी डर के पिछे नू भजया उन्हें अपनी फौज लई टा उन्हें अपनी फौज लई टा रेंदियां बचित्र सिया तेरिया जग विच रेंदियां बचित्र सिया तेरिया हा जी हा वारा तुरिया जा जी वारा तुरिया जा जी वारा तुरिया जा हट